ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਹੁਣ ਆਪਾਂ ਸੋਚੇ ਸੋਚ ਤੋਂ ਲੈ ਕੇ ਅਗਲੀ ਲਾਈਨਾਂ ਦਾ ਵਿਚਾਰ ਕਰਾਂਗੇ। ਸੋਚੇ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ, ਕਿੰਨੀ ਵੀ ਮਨ ਨੂੰ ਪਵਿੱਤਰ ਕਰਨ ਵਾਸਤੇ ਸੁੱਚ ਕਰੀਏ ਲੱਖਾਂ ਵੇਰੀ, ਤਾਂ ਮਨ ਦੇ ਅੰਦਰ ਸੁੱਚ ਨਹੀਂ ਹੁੰਦੀ। ਮਨ ਦੇ ਅੰਦਰ ਸੁੱਚ ਰੱਖਣ ਵਾਸਤੇ ਕੀ ਕਰਨਾ ਚਾਹੀਦਾ ਹੈ? ਗੁਰੂ ਸਾਹਿਬ ਅਗਲੀਆਂ ਲਾਈਨਾਂ ਵਿੱਚ ਆਪ ਦੱਸਣਗੇ। By thinking and thinking, mind will not have purity. It will remain polluted. It will remain having negative thoughts in the mind. Purity can only be achieved. Guru Nanak Dev Ji will tell us in some more lines ahead. Chuppe chuppna hovai je lae raha livtar. Chupp hon naal muh de ਜਾਂ ਜ਼ਬਾਨ ਦੇ ਚੁੱਪ ਹੋਣ ਨਾਲ ਪੂਰੀ ਚੁੱਪੀ ਪੈਦਾ ਨਹੀਂ ਹੁੰਦੀ। ਮਨ ਵਿੱਚ ਜਿਹੜਾ ਹੈ ਕਾੜਾ ਮਾੜਾ, ਉਹ ਚੱਲਦਾ ਰਹਿੰਦਾ ਹੈ। ਗੁਰੂ ਸਾਹਿਬ ਦਾ ਇਸ਼ਾਰਾ ਮਨ ਦੀ ਚੁੱਪੀ ਵਾਸਤੇ ਹੈ, ਮਨ ਦੀ ਸੁੱਚ ਵਾਸਤੇ ਹੈ ਵਿਚਾਰ, ਕਿ ਕਿੰਨੀ ਵੀ ਲਿਵ ਲਗਾ ਕੇ ਮਨੁੱਖ ਬੈਠ ਜਾਏ, ਅੰਦਰੋਂ ਸਾਇਲੈਂਸ ਪੈਦਾ ਨਹੀਂ ਹੁੰਦਾ। ਜੇ ਘੰਟਾ ਦੋ ਘੰਟਾ ਮਨੁੱਖ ਦਾ ਮਨ ਸ਼ਾਂਤ ਹੋ ਜਾਏ, ਚੁੱਪ ਹੋ ਜਾਏ, ਉਸ ਤੋਂ ਕੁਛ ਸਮੇਂ ਬਾਅਦ ਫਿਰ ਜਿਹੜੀ ਹੈ ਚੁੱਪੀ ਮਨ ਦੀ ਸਮਾਪਤ ਹੋ ਜਾਂਦੀ ਹੈ। ਲੇਕਿਨ ਅਗਲੀ ਲਾਈਨਾਂ ਵਿੱਚ ਗੁਰੂ ਸਾਹਿਬ ਦੱਸਣਗੇ ਕਿ ਇਹ ਸਭ ਚੀਜ਼ਾਂ ਕਿਸ ਤਰ੍ਹਾਂ ਹੁੰਦੀਆਂ ਨੇ। ਬਾਈ ਰਿਮੇਨਿੰਗ ਸਾਇਲੈਂਟ ਔਰ ਨਾਟ ਸਪੀਕਿੰਗ ਫਰੋਮ ਮਾਊਥ ਐਂਡ ਟੰਗ, we cannot be silent from inside. Inner silence is not obtained even by remaining loving, absorbed deep within. Even then, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ। ਹੰਗਰ ਆਫ ਮਾਇੰਡ ਕੈਨਾਟ ਗੋ ਅਵੇ ਬਿਕੋਜ਼ ਮਾਇੰਡ ਇਜ਼ ਹੰਗਰੀ ਆਫ ਵਰਲਡਲੀ ਗੁੱਡਸ। ਮਾਇੰਡ ਇਜ਼ ਹੰਗਰੀ ਆਫ ਮਨੀ, worldly items, etc. ਸਹਿਜ ਸਿਆਣਪਾਂ ਲੱਖ ਹੋਹੇ ਤਾਂ ਇੱਕ ਨ ਚੱਲੇ ਨਾਲ। ਕਿੰਨੀ ਵੀ ਮਨੁੱਖ ਕੋਲ ਸਿਆਣਪਾਂ ਚਤਰਾਈਆਂ ਹੋਣ, ਇੱਕ ਵੀ ਚਤਰਾਈ
ਨਾਲ ਨਹੀਂ ਚੱਲਣੀ, ਸਾਰੀ ਚਤਰਾਈਆਂ ਸਿਆਣਪਾਂ ਇੱਥੇ ਹੀ ਸਰੀਰ ਨਾਲ ਜਿਹੜੀ ਹੈ ਖਤਮ ਹੋ ਜਾਣੀ ਹੈ। 100 or thousands ਆਫ ਕਲੈਵਰ ਟ੍ਰਿਕਸ ਵਿਲ ਨਾਟ ਗੋ ਅਲੋਂਗ ਵਿਥ ਹਿਊਮਨ, ਬਟ ਨਾਟ ਈਵਨ ਵਨ ਆਫ ਦੈਮ ਵਿਲ ਗੋ ਅਲੋਂਗ ਵਿਦ ਦ ਮੈਨ ਐਟ ਦ ਐਂਡ ਆਫ ਆਰ ਐਟ ਦ ਟਾਈਮ ਆਫ ਹਿਸ ਡੈਥ। ਨਨ ਆਫ ਦ ਕਲੈਵਰ ਟ੍ਰਿਕ ਵਿਲ ਗੋ ਅਲੋਂਗ ਵਿਦ ਮੈਨ। ਕਿਵ ਸਚਿਆਰਾ ਹੋਈਏ, ਕਿਵ ਕੂੜੇ ਟੁੱਟੇ ਪਾਲ, ਕਿਸ ਤਰ੍ਹਾਂ ਅੰਦਰੋਂ ਪਿਊਰਿਟੀ ਆ ਜਾਏ, ਸੱਚਾਈ ਹਿਰਦੇ ਵਿੱਚ ਵਸ ਜਾਵੇ ਔਰ ਜਿਹੜਾ ਕਚੜਾ ਹੈਗਾ ਉਹ ਬਾਹਰ ਚਲਾ ਜਾਵੇ, ਅਰਥਾਤ ਨੈਗੇਟਿਵਿਟੀ ਮਾਇੰਡ ਦੀ ਦੂਰ ਹੋ ਜਾਵੇ ਔਰ ਮਾਇੰਡ ਵਿੱਚ ਏਕਾ ਜਾਂ ਯੂਨੀਫਾਈਡਨੈਸ ਆ ਜਾਵੇ। ਇਸ ਗੱਲ ਦੇ ਬਾਰੇ ਗੁਰੂ ਸਾਹਿਬ ਅਗਲੀ ਲਾਈਨ ਵਿੱਚ ਦੱਸਣਗੇ ਕਿ ਕਿਸ ਤਰ੍ਹਾਂ ਹੋਏਗਾ ਇਹ ਸਭ, ਮਨ ਸਚਿਆਰਾ ਕਿਸ ਤਰ੍ਹਾਂ ਹੋਏਗਾ, ਮਨ ਦੇ ਅੰਦਰੋਂ ਕਾੜਾ ਮਾੜਾ ਕਿਸ ਤਰ੍ਹਾਂ ਨਿਕਲੇਗਾ, ਮਨ ਦੇ ਅੰਦਰ ਦੀ ਭੁੱਖ ਕਿਸ ਤਰ੍ਹਾਂ ਬਾਹਰ ਚਲੀ ਜਾਏਗੀ, ਅਤੇ ਹੋਰ ਉਪਰਯੁਕਤ ਲਾਈਨਾਂ ਵਿੱਚ ਜੋ ਕੁਸ਼ਚਨ ਸਨ ਉਹਦਾ ਐਂਸਰ ਅਗਲੀ ਲਾਈਨ ਵਿੱਚ ਪ੍ਰਾਪਤ ਹੋਏਗਾ। ਹਾਊ ਕੈਨ ਯੂ ਬਿਕਮ ਟਰੁੱਥਫੁੱਲ ਐਂਡ ਹਾਊ ਕੈਨ ਦ ਵੀਲ ਆਫ ਇਲਿਊਜ਼ਨ ਬੀ ਟਰਨ ਅਵੇ। ਦਿਸ ਇਜ਼ ਵੈਰੀ ਇੰਪੋਰਟੈਂਟ, ਦਿਸ ਲਾਈਨ ਵੇਅਰ ਗੁਰੂ ਸਾਹਿਬ ਵਿਲ ਐਂਸਰ ਦ ਕੁਸ਼ਚਨ ਰੇਜ਼ਡ ਇਨ ਅਬੋਵ ਲਾਈਨਸ ਰਿਗਾਰਡਿੰਗ ਸਾਇਲੈਂਸ, ਰਿਗਾਰਡਿੰਗ ਹੰਗਰਨੈਸ, ਰਿਗਾਰਡਿੰਗ ਟਰੁੱਥ ਐਂਡ ਐਟਸੈਟਰਾ ਐਟਸੈਟਰਾ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਗੁਰੂ ਸਾਹਿਬ ਨੇ ਆਖਰੀ ਲਾਈਨ ਵਿੱਚ ਸਾਰਿਆਂ ਦਾ ਜਵਾਬ ਦੇ ਦਿੱਤਾ ਹੈ ਕਿ ਹੁਕਮ ਦੀ ਰਜ਼ਾ ਵਿੱਚ ਚੱਲਣ ਨਾਲ ਉਪਰਯੁਕਤ ਜਿਹੜੇ ਹੈਗੇ ਨੇ ਉਹ ਸਾਰੇ ਠੀਕ ਹੋ ਜਾਣਗੇ। ਮਤਲਬ ਜਿਸ ਤਰ੍ਹਾਂ ਆਪਾਂ ਪਰਮਾਤਮਾ ਦੀ ਰਜ਼ਾ ਵਿੱਚ ਚੱਲਣਾ ਸ਼ੁਰੂ ਕਰ ਦੇਵਾਂਗੇ ਤਾਂ ਜਿਹੜਾ ਮਨ ਦਾ ਕਾਲਾ ਮਾੜਾ ਨੈਗੇਟਿਵਿਟੀ ਸਭ ਦੂਰ ਹੋ ਜਾਏਗੀ ਔਰ ਸਚਿਆਰਾਪਨ ਉਹਦੇ ਅੰਦਰ ਆ ਜਾਏਗਾ। ਸਚਿਆਰਾਪਨ ਆਉਂਦਿਆਂ ਹੀ ਪਰਮਾਤਮਾ ਦਾ ਨਿਵਾਸ ਆਪਣੇ ਮਨ ਦੇ ਅੰਦਰ ਹੋ ਜਾਏਗਾ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮ ਵਿੱਚ ਚੱਲਣ ਨਾਲ ਇਹ ਸਭ ਚੀਜ਼ਾਂ ਵਾਪਰਨਗੀਆਂ। ਉਹ ਨਾਨਕ ਹੀ ਹੈਜ਼ ਰਿਟਨ ਦੈਟ ਯੂ ਸ਼ੈਲ ਓਬੇ ਦ ਕਮਾਂਡ ਆਫ ਸੁਪਰੀਮ ਕਮਾਂਡਰ ਐਂਡ ਵਾਕ ਇਨ ਦ ਵੇ ਆਫ ਹਿਸ ਕਮਾਂਡ ਆਰ ਹਿਸ ਵਿਲ। ਵਾਟ ਐਵਰ ਇਜ਼ ਦ ਵਿਲ ਆਫ ਗਾਡ ਆਰ ਸੁਪਰੀਮ ਕਮਾਂਡਰ, ਇਫ ਅਵਰ ਲਾਈਫ ਫਲੋ ਐਸ ਪਰ ਹਿਸ ਕਮਾਂਡ, ਦੈਨ ਵੀ ਕੈਨ ਅਚੀਵ ਸਾਇਲੈਂਸ, ਦੈਨ ਵੀ ਕੈਨ ਅਚੀਵ ਟਰੁੱਥਫੁੱਲਨੈਸ ਇਨ ਅਵਰ ਮਾਇੰਡ ਐਂਡ ਸਾਇਲੈਂਸ ਇਨ ਦਾ ਮਾਇੰਡ ਵੀ ਕੈਨ ਰੀਚ ਟੂ ਦ ਸਟੇਟ ਆਫ ਸਾਇਲੈਂਸ ਵੇਅਰ ਕਮਾਂਡਰ ਵਿਲ ਐਂਟਰ, ਸੁਪਰੀਮ ਕਮਾਂਡਰ ਵਿਲ ਐਂਟਰ ਇਨ
our mind and body. Hukmi hovan ji, hukum mile vadeyai. Hukum de andar sare jeev paida hunde ne, te hukum de andar hi unanu vadeyaiyan prapt hundiyan ne. By his command, supreme commander's command, soul come into being. By his supreme commander's command, glory and greatness can be obtained. Hukmi uttam neech hukum likh dukh sukh paiye hai. Ik na hukmi bakseesh, ik hukmi sada pavaiye hai. Hukmi uttam neech hukum likh dukh sukh paiye hai. Hukum de andar hi uttam bhi honda hai. ਹੁਕਮ ਦੇ ਅੰਦਰ ਵੀ ਅੰਦਰ ਹੀ ਨੀਚ ਵੀ ਹੁੰਦੇ ਨੇ ਸਾਰੀਆਂ ਚੀਜ਼ਾਂ ਬਰਾਬਰ ਨਹੀਂ ਹੁੰਦੀਆਂ ਕੋਈ ਗਰੀਬ ਹੈ ਕੋਈ ਅਮੀਰ ਹੈ ਕੋਈ ਕੁੱਤਾ ਹੈ ਕੋਈ ਬਿੱਲੀ ਹੈ ਕੋਈ ਮਨੁੱਖ ਹੈ ਕੋਈ ਔਰਤ ਹੈ ਕੋਈ ਆਦਮੀ ਹੈ ਭਿੰਨ ਭਿੰਨ ਪ੍ਰਕਾਰ ਦੀ ਚੀਜ਼ਾਂ ਜਿਤਨੀਆਂ ਵੀ ਹੋਈਆਂ ਨੇ ਚਾਵੇਂ ਭਾਵੇਂ ਉਹ ਉੱਤਮ ਹਨ ਭਾਵੇਂ ਉਹ ਨੀਚ ਹੈਨ ਉਹ ਸਭ ਕੁਝ ਜਿਹੜਾ ਹੈ ਪਰਮਾਤਮਾ ਦੇ ਹੁਕਮ ਦੇ ਅੰਦਰ ਹੀ ਹੋਇਆ ਹੈ ਹੁਕਮ ਲਿਖ ਦੁੱਖ ਸੁੱਖ ਪਾਈਏ ਔਰ ਹੁਕਮ ਦੇ ਅੰਦਰ ਹੀ ਕਿਉਂਕਿ ਇਹ ਹੁਕਮ ਲਿਖਿਆ ਹੋਇਆ ਹੈ ਔਰ ਦੁੱਖ ਸੁੱਖ ਦੀ ਪ੍ਰਾਪਤੀ ਜਿਹੜੀ ਹੋ ਰਹੀ ਹੈ ਮਨੁੱਖ ਨੂੰ ਇਹ ਲਿਖੇ ਹੋਏ ਹੁਕਮ ਅਨੁਸਾਰ ਹੀ ਸਭ ਚੱਲ ਰਿਹਾ ਹੈ ਗੁਰੂ ਨਾਨਕ ਸਾਹਿਬ ਵੀ ਇਹ ਦੱਸ ਰਹੇ ਨੇ ਸਭ ਕੁਝ ਜਿਹੜਾ ਹੁਕਮ ਦੇ ਅੰਦਰ ਊਚਤਾ ਨੀਚਤਾ ਦੁੱਖ ਸੁੱਖ ਪ੍ਰਾਪਤ ਹੁੰਦੇ ਨੇ ਸਾਰੇ ਜੀਵਾਂ ਨੂੰ By the command of Supreme Commander, some are at high level, high position, may be educated, and some are low, their status is low. It is as per his command only. Pain and pleasure can be obtained as per his command. Ik na hukmi bakseesh, ik hukmi sada bhawaiye hai. Ik nu hukam de andar bakshisha ਪ੍ਰਾਪਤ ਹੁੰਦੀਆਂ ਨੇ ਦੂਜੇ ਨੂੰ ਹੁਕਮ ਦੇ ਅੰਦਰ ਇੱਧਰ ਉੱਧਰ ਪਾਉਂਦਾ ਰਹਿੰਦਾ ਹੈ ਇਹ ਸਾਰੀਆਂ ਗੱਲਾਂ ਵੀ ਹੁਕਮ ਦੇ ਅੰਦਰ ਹੀ ਹਨ ਸਮ ਬਾਈ ਹਿਸ ਕਮਾਂਡ ਸੁਪਰੀਮ ਕਮਾਂਡਰਸ ਕਮਾਂਡ ਸਮ ਆਰ ਬਲੈਸਡ ਐਂਡ ਫੋਰਗਿਵਨ Others, by his command, wander aimlessly forever. Means, whatever is happening in our life, it is due to the commands issued by Supreme Commander only. ਹੁਕਮੇ ਅੰਦਰ ਸਭ ਕੋ
ਬਾਹਰ ਹੁਕਮ ਨਾ ਕੋਏ, ਹੁਕਮ ਦੇ ਅੰਦਰ ਹੀ ਸਭ ਕੁਛ ਹੋ ਰਿਹਾ ਹੈ, ਹੁਕਮ ਦੇ ਬਾਹਰ ਕੋਈ ਵੀ ਚੀਜ਼ ਨਹੀਂ ਹੋ ਰਹੀ। ਜੇ ਪ੍ਰਿਥਵੀ ਘੁੰਮਦੀ ਪਈ ਏ, ਦਿਨ ਰਾਤ ਹੋ ਰਿਹਾ ਹੈ, ਇਹ ਹੁਕਮ ਦੇ ਅੰਦਰ ਹੈ। ਕਿਧਰੇ ਸੁਨਾਮੀ ਆ ਰਹੀ, ਕਿਧਰੇ ਸ਼ਾਂਤੀ ਵਾਪਰ ਰਹੀ ਏ, ਇਹ ਸਭ ਚੀਜ਼ਾਂ ਵੀ ਹੁਕਮ ਦੇ ਅੰਦਰ ਹੋ ਰਹੀਆਂ ਨੇ। ਹੁਕਮ ਦੇ ਬਾਹਰ ਕੁਝ ਵੀ ਨਹੀਂ ਵਾਪਰਦਾ ਪਿਆ। ਜੋ ਵਪਰੀ ਰਿਹਾ ਹੈ ਉਹ ਸਭ ਹੁਕਮ ਦੇ ਅੰਦਰ ਹੀ ਹੈ। ਐਵਰੀਵਨ ਇਜ ਸਬਜੈਕਟ ਟੂ ਹਿਸ ਕਮਾਂਡ, ਨੋ ਵਨ ਇਜ ਬਿਯੋਂਡ ਹਿਸ ਕਮਾਂਡ। ਕਮਾਂਡਰ ਇਜ ਗ੍ਰੇਟ, ਵਾਟ ਐਵਰ ਕਮਾਂਡ ਹੀ ਇਸ਼ੂਡ, ਐਵਰੀਥਿੰਗ ਮੂਵਸ ਐਸ ਪਰ ਹਿਸ ਕਮਾਂਡ। ਨਾਨਕ ਹੁਕਮੇ ਜੇ ਬੁਝੈ, ਤਾਂ ਹੋਮੈ ਕਹੇ ਨਾ ਕੋਈ। ਨਾਨਕ ਕਹਿੰਦੇ ਨੇ, ਜੋ ਹੁਕਮ ਨੂੰ ਸਮਝ ਜਾਵੇ, ਤਾਂ ਹੋਮੈ ਕਹੇ ਨਾ ਕੋਈ। ਫਿਰ ਉਹਦੇ ਅੰਦਰ ਹੋਮੇ ਨਹੀਂ ਰਹਿੰਦੀ, ਅਰਥਾਤ ਉਹਦੇ ਅੰਦਰ ਏਕਾ ਆ ਜਾਂਦਾ ਹੈ, ਇਕਾਗਰਤਾ ਔਰ ਡਬਲ ਮਾਈਂਡਡਨੈਸ ਹਟ ਜਾਂਦੀ ਹੈ, ਸੰਸ਼ੈ ਡਾਊਟ ਇਹ ਸਭ ਦੂਰ ਹੋ ਜਾਂਦੇ ਨੇ। ਉਹ ਨਾਨਕ ਵਨ ਹੂ ਅੰਡਰਸਟੈਂਡਸ ਹਿਸ ਕਮਾਂਡ ਡਸ ਨਾਟ ਸਪੀਕ ਐਨੀ ਗੋ। ਇਟ ਇਜ਼ ਵੈਰੀ ਸਿੰਪਲ ਟੂ ਅੰਡਰਸਟੈਂਡ ਵੀ ਸ਼ੁੱਡ ਮੂਵ ਐਸ ਪਰ ਹਿਸ ਕਮਾਂਡ, ਦੈਨ ਅਵਰ ਈਗੋ ਵਿਲ ਗੋ ਆਊਟ ਆਫ ਅਵਰ ਮਾਇੰਡ ਐਂਡ ਵਨਨੈਸ ਗੋਡਲੀਨੈਸ ਵਿਲ ਅਪੀਅਰ ਇਨ ਅਵਰ ਮਾਇੰਡ। ਗਾਵੇ ਕੋ ਤਾਣ ਹੋਵੇ ਕਿੱਸੇ ਤਾਣ, ਗੁਰੂ ਮਹਾਰਾਜ ਆਖਦੇ ਨੇ, ਤਾਣ ਮਤਲਬ ਬਲ, ਕਿਹੜੇ ਬਲ ਨਾਲ ਉਹਦਾ ਗਾਇਨ ਕਰੀਏ। ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਕਿਉਂਕਿ ਆਪਾਂ ਵੀ ਜੋ ਸ਼ਕਤੀ ਲਿਆਏ ਹਾਂ ਉਹ ਪਰਮਾਤਮਾ ਦੀ ਦਿੱਤੀ ਹੋਈ ਹੈ। ਇਸ ਪ੍ਰਕਾਰ ਜੋ ਵੀ ਅਸੀਂ ਗਾ ਰਹੇ ਹਾਂ ਉਹ ਸਭ ਉਹਦੀ ਸ਼ਕਤੀ ਨਾਲ ਹੀ ਗਾਇਨ ਹੋ ਰਿਹਾ ਹੈ। ਸਮ ਸਿੰਗਸ ਆਫ ਹਿਸ ਪਾਵਰ, ਹੂ ਹੈਜ਼ ਦੈਟ ਪਾਵਰ, ਨੋਬਡੀ ਹੈਜ਼ ਦੈਟ ਪਾਵਰ ਟੂ ਸਿੰਗ ਅਬਾਊਟ ਹਿਮ, ਬਿਕਾਜ਼ ਐਂਟਾਇਰ ਪਾਵਰ ਹੈਜ਼ ਬਿਨ ਗਿਵਨ ਬਾਈ ਹਿਮ ਓਨਲੀ, ਇਨ ਮੀ ਆਊਟਸਾਈਡ ਮੀ ਐਂਟਾਇਰ ਪਾਵਰ ਇਜ਼ ਹਿਸ ਪਾਵਰ। ਗਾਵੇ ਕੋ ਦਾਤ ਜਾਣੇ ਨਿਸ਼ਾਨ, ਉਹਦੀਆਂ ਦਾਤਾਂ ਜੋ ਦਿੱਤੀਆਂ ਹੋਈਆਂ ਨੇ ਉਹਦੇ ਬਹੁਤ ਸਾਰੇ ਆਈਡੈਂਟੀਫਿਕੇਸ਼ਨ ਹੈਗੇ ਨੇ। ਉਹਦੀਆਂ ਕਈ ਦਾਤਾਂ ਹੈਗੀਆਂ ਨੇ, ਆਪਾਂ ਗਿਣਨਾ ਸ਼ੁਰੂ ਕਰਾਂਗੇ। ਜਿਹੜੀ ਅਸੀਂ ਹਵਾ ਲੈ ਰਹੇ ਹਾਂ, ਸਾਹ ਲੈ ਰਹੇ ਹਾਂ, ਸਾਡੇ ਅੰਦਰ ਜੋ ਵੀ ਚੱਲ ਰਿਹਾ ਹੈ,
ਇਹ ਸਾਰਾ ਕੁਝ ਦਿੱਤਾ ਹੋਇਆ ਉਹਦਾ ਹੀ ਦਾਨ ਹੈਗਾ, ਉਹਦੀਆਂ ਦਾਤਾਂ ਹੈਗੀਆਂ। ਇਹ ਸਾਨੂੰ ਸਮਝਣਾ ਚਾਹੀਦਾ ਹੈ ਕਿ ਸਾਡੇ ਅੰਦਰ ਜੋ ਵੀ ਵਾਪਰ ਰਿਹਾ, ਸਾਡੇ ਬਾਹਰ ਜੋ ਵੀ ਵਾਪਰ ਰਿਹਾ, ਸਾਡੀ ਜ਼ਿੰਦਗੀ ਵਿੱਚ ਜੋ ਵੀ ਵਾਪਰ ਰਹੀਆਂ ਨੇ ਘਟਨਾਵਾਂ, ਇਹ ਸਾਰੀਆਂ ਦਾਤਾਂ ਉਸ ਦੀਆਂ ਦਿੱਤੀਆਂ ਹੋਈਆਂ ਹੈਗੀਆਂ ਨੇ। ਇਸ ਗੱਲ ਨੂੰ ਸਮਝਣਾ ਜ਼ਰੂਰੀ ਹੈ। ਕੁਛ ਲੋਕ ਗਾ ਰਹੇ ਨੇ ਕਿ ਉਹਦੀ ਦਿੱਤੀਆਂ ਹੋਈਆਂ ਨੇ, ਕੁਛ ਸਮਝ ਵੀ ਰਹੇ ਨੇ ਕਿ ਉਹਦੀਆਂ ਦਿੱਤੀਆਂ ਹੋਈਆਂ ਨੇ, ਲੇਕਿਨ ਸਾਰਿਆਂ ਨੂੰ ਸਮਝਣਾ ਜ਼ਰੂਰੀ ਹੈ ਕਿ ਸਾਰੀਆਂ ਦਾਤਾਂ ਜਿਤਨੀ ਵੀ ਸਾਨੂੰ ਸਮਝ ਆਉਂਦੀਆਂ ਨੇ ਉਹ ਸਭ ਉਸ ਦਾਤੇ ਦੀ ਦਿੱਤੀਆਂ ਹੋਈਆਂ ਨੇ। ਸਾਰੇ ਜਗਤ ਵਿੱਚ ਜੋ ਵੀ ਵਾਪਰ ਰਿਹਾ ਹੈ ਉਹ ਸਾਰੀਆਂ ਦਾਤਾਂ ਉਸ ਦੇਣ ਵਾਲੇ ਦੀ ਹੈਗੀਆਂ ਨੇ। ਜਿਤਨੀ ਵਣਾਸਪਤ ਹੈ, ਜਿਤਨੇ ਇਨਸਾਨ ਹੈਗੇ ਨੇ, ਜਿਤਨੀ ਆਕਸੀਜਨ ਅਵੇਲੇਬਲ ਹੈ, ਇਹ ਸਾਰੀਆਂ ਦਾਤਾਂ ਉਸ ਪਰਮਾਤਮਾ ਨੇ ਦਿੱਤੀਆਂ ਨੇ। ਲੇਕਿਨ ਕਈ ਲੋਕ ਗਾ ਰਹੇ ਨੇ, ਕਈ ਲੋਕ ਨਹੀਂ ਸਮਝ ਰਹੇ ਨੇ। ਸਮ ਸਿੰਗਸ ਆਫ ਹਿਸ ਗਿਫਟਸ ਐਂਡ ਨੋ ਹਿਸ ਸਾਈਨ ਐਂਡ ਇਨਸਿਗਨੀਆ। ਸਮ ਆਰ ਏਬਲ ਟੂ ਅੰਡਰਸਟੈਂਡ ਅਬਾਊਟ ਹਿਸ ਗਿਫਟਸ ਐਂਡ ਸਮ ਆਰ ਇਗਨੋਰਿੰਗ ਇਟ, ਦੇ ਆਰ ਨਾਟ ਗਿਵਿੰਗ ਐਨੀ ਅਟੈਂਸ਼ਨ ਔਨ ਐਂਟਾਇਰ ਗਿਫਟਸ ਗਿਵਨ ਬਾਈ ਸੁਪਰੀਮ ਪਾਵਰ। ਗਾਵੇ ਕੋ ਗੁਣ ਵਡਿਆਈਆਂ ਚਾਰ। ਕਈ ਗਾ ਰਹੇ ਨੇ ਉਸਦੇ ਗੁਣਾਂ ਨੂੰ ਅਤੇ ਉਸਦੀ ਵਡਿਆਈਆਂ ਨੂੰ ਗਾ ਕੇ ਖੁਸ਼ ਹੋ ਰਹੇ ਨੇ, ਉਹਦੇ ਵਿੱਚ ਰਸ ਮਿਸ ਜਾ ਰਹੇ ਨੇ। ਲੇਕਿਨ ਕਈ ਇਸਦੇ ਵਿਪਰੀਤ ਵੀ ਹੈਗੇ ਨੇ। ਸਮ ਸਿੰਗਸ ਆਫ ਹਿਸ ਗਲੋਰੀਅਸ ਵਰਚੂਸ ਗ੍ਰੇਟਨੈਸ ਐਂਡ ਬਿਊਟੀ, ਬਟ ਸਮ ਆਰ ਨਾਟ ਪੇਇੰਗ ਐਨੀ ਅਟੈਂਸ਼ਨ ਔਨ ਹਿਸ ਗਲੋਰੀ ਗ੍ਰੇਟਨੈਸ ਐਂਡ ਬਿਊਟੀ। ਗਾਵੇ ਕੋ ਵਿਦਿਆ ਵਿਖਮ ਵਿਚਾਰ। ਕਈ ਗਾ ਰਹੇ ਨੇ ਰਾਗਾਂ ਵਿੱਚ ਔਰ ਕਈ ਗਾ ਰਹੇ ਨੇ ਹੋਰ ਹੋਰ ਤਰੀਕਿਆਂ ਨਾਲ। ਵਿੱਦਿਆ ਦਾ ਵਿਖਮ, ਵਿਖਮ ਮਤਲਬ ਡਿਫਿਕਲਟ ਜਿਹੜਾ ਹੈ। ਵਿੱਦਿਆ ਸਿੱਖਣ ਵਿੱਚ ਹੀ ਬਹੁਤ ਸਮੇਂ ਲੱਗਦਾ ਹੈ ਮਨੁੱਖ ਨੂੰ, ਉਸ ਤੋਂ ਬਾਅਦ ਉਹ ਗਾਇਨ ਕਰਦੇ ਨੇ। ਵਿੱਦਿਆ ਸਿੱਖਣ ਤੋਂ ਬਾਅਦ ਪਰਮਾਤਮਾ ਦੇ ਵਿਚਾਰਾਂ ਦਾ ਗਾਇਨ ਕਰਦੇ ਨੇ, ਲੇਕਿਨ ਬਹੁਤ ਵਿੱਦਿਆ ਪੜ੍ਹ ਕੇ। ਜਿਸ ਤਰ੍ਹਾਂ ਸੰਗੀਤ ਦੀ ਵਿੱਦਿਆ ਪੜ੍ਹ ਕੇ ਰਾਗੀ ਸਿੰਘ ਵਿਖਮ ਵਿਖਮ ਡਿਫਿਕਲਟ ਡਿਫਿਕਲਟ ਸ਼ਬਦਾਂ ਨੂੰ ਸਰਲ ਤਰੀਕੇ ਨਾਲ ਗਾਇਨ ਕਰ ਦਿੰਦੇ ਨੇ ਔਰ ਸੰਗਤ ਵਿੱਚ ਪੇਸ਼ ਕਰ ਦਿੰਦੇ ਨੇ, ਇਸੇ ਪ੍ਰਕਾਰ ਨ੍ਰਿਤਕਾਰ ਜਿਹੜੇ ਨੇ ਉਹ ਨ੍ਰਿਤ ਨੂੰ ਸਿੱਖ ਕੇ ਨ੍ਰਿਤ ਵਿੱਦਿਆ ਵਿੱਚ ਨਿਪੁੰਨ ਹੋ ਕੇ ਨ੍ਰਿਤ ਕਰਕੇ ਵਿਖਾਉਂਦੇ ਨੇ। ਇਸੇ ਪ੍ਰਕਾਰ ਅਨੇਕ ਵਿੱਦਿਆਵਾਂ ਹਨ ਜੋ ਸਿੱਖਣ ਵਿੱਚ ਵਿਦਿਆਰਥੀ ਨੂੰ ਕਾਫੀ ਸਮੇਂ ਲੱਗਦਾ ਹੈ, ਲੇਕਿਨ ਫਿਰ ਵੀ ਸਿੱਖ ਕੇ ਵਿੱਦਿਆ ਦਾ ਵਿਖਮ ਵਿਚਾਰ ਕਰਨ ਤੋਂ ਬਾਅਦ ਵੀ ਉਹ ਗਾ ਰਹੇ ਨੇ ਪਰਮਾਤਮਾ ਦੀ ਵਡਿਆਈਆਂ ਦੇ ਗੁਣਾਂ ਨੂੰ।
something of knowledge obtained of him through difficult philosophical studies. It means that people are students first studied many years to spend to learn some art, and thereafter getting knowledge, they are reciting about the glory of God. Gave ko saaj kare tan kheh, pehle tan nu bananda hai, sajanda hai, puri body bachcha jis tarah paida hunda hai, udi body saji sajai rehndi hai, akhaan rehndiyan, nak rehnde, kann rehnde, mithi boli bolda hai, eh puri sajavat karda hai, eh vi gayan usda chal riha hai, ki oh is tarah saja ke deh vich aap vi rehnda hai, ਮਨ ਵੀ ਰਹਿੰਦਾ ਹੈ ਔਰ ਸਜਿਆ ਸਜਾਇਆ ਮਨੁੱਖ ਜਿਹੜਾ ਹੌਲੇ ਹੌਲੇ ਵੱਡਾ ਹੁੰਦਾ ਹੈ ਫਿਰ ਵਿੱਦਿਆ ਦਾ ਵਿਚਾਰ ਕਰਕੇ ਵਿੱਦਿਆ ਪ੍ਰਾਪਤ ਕਰਦਾ ਹੈ ਫਿਰ ਉਪਰਯੁਕਤ ਲਾਈਨ ਵਿੱਚ ਦੱਸਿਆ ਹੈ ਕਿ ਉਹਦੇ ਗੁਣਾਂ ਦਾ ਗਾਨ ਕਰਦਾ ਹੈ ਲੇਕਿਨ ਬਾਅਦ ਵਿੱਚ ਤਨ ਜਿਹੜਾ ਹੈ ਉਹ ਸਵਾਹਾ ਹੋ ਜਾਂਦੀ ਹੈ ਪਹਿਲੇ ਤਨ ਨੂੰ ਸਜਾਉਂਦਾ ਹੈ ਬਣਾਉਂਦਾ ਹੈ ਕ੍ਰੀਏਟ ਕਰਦਾ ਹੈ ਫਿਰ ਜਿਹੜਾ ਆਪੇ ਹੀ ਡਿਸਟਰੋਏ ਵੀ ਕਰਨ ਦਾ ਹੁਕਮ ਵਜਿਆ ਹੋਇਆ ਕੁਛ ਲੋਕ ਇਸ ਪ੍ਰਕਾਰ ਗਾ ਰਹੇ ਨੇ ਸਮ ਸਿੰਗ ਦੈਟ ਹੀ ਫੈਸ਼ਨਸ ਦਾ ਬੋਡੀ ਐਂਡ ਦੈਨ ਅਗੇਨ ਰਿਡਿਊਸ ਇਟ ਟੂ ਡਸਟ or ashes, particle of ashes. Ultimately, first he decorate everything, thereafter, after some time, maybe 10 years, 20 years, 100 years, 1,000 years, because trees have life, 1,000 years, some are more as well. He decorate everything like that for some period. Thereafter, that thing will ultimately get to convert into the ashes. Gave ko ji le, phir deh. ਇਹ ਵੀ ਇੱਕ ਜਰਾ ਗਾਇਨ ਚੱਲਦਾ ਰਹਿੰਦਾ ਹੈ ਕਿ ਜੀ ਜਿਹੜਾ ਹੈ ਦੇਹ ਵਿੱਚ ਆਉਂਦਾ ਹੈ ਫਿਰ ਜਿਹੜਾ ਹੈ ਵਾਪਸ ਚਲਾ ਜਾਂਦਾ ਹੈ ਸਮਥਿੰਗ ਦੈਟ ਹੀ ਟੇਕਸ ਲਾਈਫ ਅਵੇ ਐਂਡ ਦੈਨ ਅਗੇਨ ਰਿਸਟੋਰਸ ਇਟ ਗਾਵੇ ਕੋ ਜਾਪੇ ਦਿੱਸੇ ਦੂਰ ਕਈ ਗਾ ਰਹੇ ਨੇ ਕਿ ਉਹ ਦੂਰ ਹੈਗਾ ਇਸ ਤਰ੍ਹਾਂ ਲੱਗਦਾ ਹੈ ਉਹ ਦੂਰ ਹੈਗਾ ਇਸ ਤਰ੍ਹਾਂ ਦਾ ਵੀ ਕਈ ਵਿਚਾਰ ਰੱਖਦੇ ਨੇ ਸਮਥਿੰਗ ਦੈਟ ਹੀ ਸੀਮ ਸੋ ਵੈਰੀ ਫਾਰ ਅਵੇ ਮੀਨਸ ਹੀ ਹੈਜ਼ at a distance very long from thinkers. People are singing about the God in a different way, in a different style. But Guru Nanak Dev Ji is pressing whatever may be the way, whatever may be the style, every style is good.